ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਲੇ ਪੰਜਾਬੀਓ, ਬੜਾ ਤੁਸੀਂ ਸਿਲਾ ਦਿੱਤਾ, ਕਦਾਰ ਦਾ ਸਰਟੀਫਿਕੇਟ ਵੰਡਤਾ, ਸਭ ਕੁਝ ਛੱਡ ਕੇ ਤੁਹਾਡੇ ਲਈ ਆ ਗਿਆ। ਸਾਰੀ ਜ਼ਿੰਦਗੀ ਜਿਵੇਂ ਜਿਉਂਆ ਸੀ ਸਭ ਕੁਝ ਛੱਡਤਾ, ਆਪਦੇ ਰਿਸ਼ਤੇ, ਆਪਦਾ ਕੰਮ, ਪਰਸਨਲ ਲਾਈਫ, ਸਭ ਕੁਝ ਛੱਡਤਾ ਤੁਹਾਡੇ ਲਈ। ਤੇ ਮੈਂ ਕੀਤਾ ਕੀ ਆ, ਸਿਰਫ ਤੁਹਾਡੇ ਹੱਕਾਂ ਲਈ ਲੜਿਆ, ਤੁਹਾਡੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਆ। ਇਹ ਤੁਹਾਡਾ ਸਿਲਾ ਤੁਹਾਡੇ ਹੱਕਾਂ ਲਈ ਲੜਨ ਦਾ, ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਆ, ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਆ। ਕੀ ਕੀਤਾ ਮੈਂ, ਕਿੰਨੇ ਮਹੀਨੇ ਹੋ ਗਏ ਤੁਹਾਨੂੰ ਉਹ ਨਹੀਂ ਦਿਖੇ, ਕਿੰਨੇ ਮਹੀਨੇ ਸੜਕਾਂ ਤੇ ਤੰਬੂਆਂ ਚ ਲੋਕਾਂ ਦੇ ਨਾਲ ਮਿਲਦੇ ਗਿਲਦੇ ਗੱਲਾਂ ਕਰਦੇ, ਕਿਸੇ ਨੂੰ ਕੁਛ ਨਹੀਂ ਦਿਖਿਆ। ਸਰਕਾਰਾਂ ਨਾਲ ਮੱਥਾ ਲਾਉਂਦੇ, ਅੱਜ ਇੱਕ ਬੰਦੇ ਨੂੰ ਫੜ ਕੇ ਉਹਨੂੰ ਗਰਦਾਰ ਬਣਾਤਾ। ਕਿਉਂ? ਕਿਉਂਕਿ 5 ਲੱਖ ਬੰਦਾ ਲਾਲ ਕਿਲੇ ਚ ਸੀ, ਹੋਰ ਵੀ ਬਥੇਰੇ ਸਾਡੇ ਆਗੂ, ਫਿਰ ਸਿੰਗਰ, ਸਭ ਉਧਰ ਨੂੰ ਸੀ, ਪਰ ਇੱਕ ਬੰਦਾ ਕਾਹਦੇ ਖਾਤਰ? ਇੱਕ ਖਾਲੀ ਪਿਆ ਉੱਥੇ ਜਿਹੜਾ ਡੰਡਾ ਸੀ, ਉਹਦੇ ਤੇ ਸਾਡੇ ਲੋਕਾਂ ਨੇ ਜਾ ਕੇ ਆਪਦਾ ਰੋਸ ਵਜੋਂ ਸਰਕਾਰ ਨੂੰ ਜਗਾਉਣ ਵਾਸਤੇ ਕਿਸਾਨੀ ਦਾ ਝੰਡਾ ਤੇ ਨਿਸ਼ਾਨ ਸਾਹਿਬ ਲਾਤਾ। ਉੱਥੇ ਕਿਸੇ ਨੇ ਸਟੈਂਡ ਨਹੀਂ ਲਿਆ, ਕਿਤੇ ਉਹ ਸਟੈਂਡ ਲਿਆ ਹੁੰਦਾ ਇਹ ਕਹਿ ਕੇ ਵੀ ਜਾਗੋ ਸਰਕਾਰ, ਜਾਗੋ ਸਾਨੂੰ ਸਾਡੇ ਹੱਕ ਦਿਓ, ਕਿੰਨੀ ਚੜ੍ਹਦੀ ਕਲਾ ਹੋਣੀ ਸੀ। ਪਰ ਦੀਪ ਸਿੱਧੂ ਇੱਕ ਗਦਾਰ ਬਣਦਾ, 5 ਲੱਖ ਬੰਦੇ ਨੂੰ ਦੀਪ ਸਿੱਧੂ ਪਿੱਛੇ ਲਾ ਕੇ ਲੈ ਗਿਆ। ਤੁਹਾਨੂੰ ਕੁਛ ਨਹੀਂ ਦੇਖਦਾ, ਬਸ ਤੁਹਾਨੂੰ ਗੱਲਾਂ ਹੀ ਕਹਿਣੀਆਂ ਹੁੰਦੀਆਂ। ਲੋਕਾਂ ਨੇ ਗੱਲਾਂ ਕਹਿਤੀਆਂ, ਤੁਸੀਂ ਉਹੀ ਗੱਲਾਂ ਮੰਨ ਲਈਆਂ। ਮੇਰੀ ਰੂਹ ਦੁਖੀ ਆ, ਇਸ ਕਰਕੇ ਨਹੀਂ ਵੀ ਸਰਕਾਰਾਂ ਕੀ ਕਹਿ ਰਹੀਆਂ, ਇਸ ਕਰਕੇ ਵੀ ਆਪਦੇ ਲੋਕ ਕੀ ਕਹਿ ਰਹੇ ਆ। ਤੁਸੀਂ ਮੈਨੂੰ ਹਰਟ ਕੀਤਾ, ਕੋਈ ਨਹੀਂ ਖੜੂਗਾ ਤੁਹਾਡੇ ਲਈ, ਕੋਈ ਨਹੀਂ ਆਊਗਾ ਤੁਹਾਡੇ ਲਈ ਲੜਨ, ਤੁਹਾਨੂੰ ਵਰਤਨ ਆਉਣਗੇ। ਮੈਂ ਤਾਂ ਹੋਂਦ ਦੀ ਲੜਾਈ ਲੜ ਰਿਹਾ ਸੀ, ਹੋਂਦ ਤਾਂ ਬਾਈ ਉਹ ਤੁਸੀਂ ਆਪ ਹੀ ਖਰੇ ਖਤਮ ਕਰੀ ਬੈਠੇ ਹੋ। ਪੰਜਾਬੀਆਂ ਦੀ ਇਹ ਤਾਂ ਹੋਂਦ ਨਹੀਂ ਆ, ਸਾਡੇ ਲੋਕਾਂ ਦੀ ਇਹ ਹੋਂਦ ਤਾਂ ਨਹੀਂ ਆ, ਇਹ ਕਿਰਦਾਰ ਤਾਂ ਨਹੀਂ ਆ। ਮੇਰੇ ਨਾਲ ਤੁਸੀਂ ਕਰ ਕੀ ਦਿੱਤਾ, ਕਿਸੇ ਨੂੰ ਸਮਝ ਨਹੀਂ ਆ ਰਹੀ ਮੇਰਾ ਹਾਲ ਕੀ ਆ। ਦੇਖ ਲਓ, ਆ ਦੇਖੋ, ਤੁਹਾਡੇ ਨਾਲ ਤਾਂ ਯਾਰ ਜਿਹੜੇ ਸਾਡੇ ਬਿਹਾਰ ਮਜ਼ਦੂਰ ਇੱਥੇ ਖੇਤਾਂ ਚ ਕੰਮ ਕਰਦੇ ਆ ਸਾਡੇ, ਉਹ ਚੰਗੇ ਆ। 2 ਦਿਨ ਕੋਠੇ ਚਗਲਿਆਂ ਨੇ ਮੈਨੂੰ ਟਿਕਾਣਾ ਦਿੱਤਾ, ਉਹਨਾਂ ਦੇ ਨਾਲ ਰਿਹਾ, ਸੜਕਾਂ ਤੇ ਫਿਰਦਾ, ਕਦੇ ਇੱਕ ਪਾਸੇ ਨੂੰ ਕਦੇ ਦੂਜੇ ਪਾਸੇ ਨੂੰ, ਮਗਰ ਪੈ ਜਾਂਦੇ ਉੱਥੋਂ। ਉੱਥੇ ਲੜਾਂ ਤੁਹਾਡੇ ਨਾਲ ਖੜ ਕੇ, ਬੈਠਾ ਖੇਤ ਚ ਬੰਬੇ ਫਿਰਦਾ ਜੀ ਦੀਪ ਸਿੱਧੂ ਤਾਂ, ਹਜੇ ਵੀ ਇਹ ਅਪੀਲਾਂ ਕਰਦਾ ਫਿਰਦਾ, ਨਹੀਂ ਸਾਡੇ ਮੋਰਚੇ ਚ ਇਕੱਠੇ ਹੋ ਕੇ ਜਾਓ, ਕੋਈ ਨੀ ਦੀਪ ਸਿੱਧੂ ਪਾਸੇ ਹੋ ਜੂਗਾ, ਤੁਸੀਂ ਮੋਰਚੇ ਚ ਇਕੱਠੇ ਹੋ ਕੇ ਜਾਓ, ਅਸੀਂ ਮੋਰਚਾ ਜਿੱਤਣਾ, ਫਤਿਹ ਕਰਨਾ। ਆਹ ਮੇਰਾ ਖਾਣਾ, ਆਹ ਮੇਰਾ ਹਾਲ, ਆਹ ਕੇਲੇ, ਆਹ ਕਿੰਨੂ ਖਾ ਕੇ ਗੁਜ਼ਾਰੇ ਕਰੀ ਜਾਂਦਾ, ਆਹ ਦੇਖ ਲਓ, ਆਹ ਮੇਰੇ ਹਾਲ ਆ, ਇੱਥੇ ਰੋਟੀ ਨੂੰ ਤਰਸਦਿਆ ਫਿਰਦਾ। ਤੇ ਤੁਸੀਂ ਮੇਰੇ ਪਰਿਵਾਰ ਤੇ ਚੜ ਗਏ, ਮੇਰੇ ਪਿਓ ਨੂੰ ਉਹ ਕੋਈ ਆਪ ਸਟੇਟ ਦਾ ਬੰਦਾ, ਸੈਣੀ ਦਾ ਕਰੀਬ, ਉਹ ਆ ਕੇ ਮੇਰੇ ਪਿਓ ਤੇ ਲਾਹਨਤਾਂ ਲਾ ਰਿਹਾ, ਤੋਹਮਤਾਂ ਲਾ ਰਿਹਾ, ਜਿਹੜੇ ਪਿਓ ਨੇ ਸਭ ਕੁਝ ਵਾਰਤਾ,
ਸਾਨੂੰ ਵੀ ਸੜਕਾਂ ਤੇ ਪਾਲਿਆ। 10-10 ਰੁਪਈਆਂ ਦੇ ਮਹਤਾਜ ਹੁੰਦੇ ਸੀ, ਕੋਠੀਆਂ ਚ ਰਹਿੰਦੇ ਸੀ ਜਿਹੜੇ 10-10 ਰੁਪਈਆਂ ਦੇ, ਕਿਉਂਕਿ ਸਭ ਕੁਝ ਵਾਰਤਾ ਤੁਹਾਡੇ ਤੇ ਹੀ ਵਾਰਿਆ। ਕਿਰਾਇਆਂ ਤੇ ਪਲੇ ਆ, ਕਿਰਾਇਆਂ ਤੇ ਰਹੇ ਆ, ਕਿਰਾਏ ਨਹੀਂ ਹੁੰਦੇ ਸੀ ਜੇਬ ਚ। ਅੱਜ ਉਸ ਪਿਓ ਦੀਆਂ ਸਫਾਈਆਂ ਦੇਊਂਗਾ ਮੈਂ। ਕੌਣ ਲੜੂਗਾ ਤੁਹਾਡੇ ਲਈ? ਤੁਹਾਡੇ ਲਈ ਨਹੀਂ ਕੋਈ ਲੜ ਸਕਦਾ। ਤੁਹਾਡੇ ਚ ਹੈ ਨੀ ਗੈਰਤੀ, ਹੈ ਨੀ ਤੁਹਾਡੇ ਚ। ਤੁਸੀਂ ਅੱਜ ਮੈਨੂੰ ਇਮੋਸ਼ਨਲ ਕਰਤਾ, ਮੇਰੀ ਮੇਰੀ ਰੂਹ ਅੱਜ ਦੁਖੀ ਆ ਤੁਹਾਡੇ ਤੋਂ। ਤੁਸੀਂ ਮੈਨੂੰ ਗਦਾਰ ਦੱਸਦੇ ਹੋ, ਮੈਨੂੰ ਸਰਕਾਰਾਂ ਦੇ ਬੰਦੇ ਆਏ ਨੀ ਭਰਦੇ ਹੁੰਦੇ? ਸਰਕਾਰਾਂ ਦੇ ਬੰਦੇ ਤਾਂ ਫਿਰ ਹੋਟਲਾਂ ਚ ਹੋਣੇ ਚਾਹੀਦੇ ਸੀ, ਵੱਡੇ ਵੱਡੇ ਰਿਜ਼ੋਰਟਾਂ ਚ ਹੋਣੇ ਚਾਹੀਦੇ ਸੀ, ਜੇ ਸਰਕਾਰਾਂ ਦੇ ਨਾਲ ਮਿਲ ਕੇ ਗੱਲਾਂ ਕੋਈ ਕਰਦਾ ਤਾਂ। ਜ਼ਿੰਦਗੀ ਦੇ 20 ਸਾਲ ਸਨੀ ਦਿਓਲ ਨੂੰ ਦਿੱਤੇ, ਉਹਦੀਆਂ ਚੋਣਾਂ ਚ 20 ਦਿਨ, ਉਹ ਆਪਦੀ ਜ਼ਿੰਦਗੀ ਦੇ 20 ਦਿਨ ਸਨੀ ਦਿਓਲ ਦੇ ਨਾਲ ਵੀ ਉਹ ਮੇਰਾ ਕੋਈ ਨੀ ਭਰਾ, ਮੇਰਾ ਦੋਸਤ ਆ, ਉਹਦੀਆਂ ਚੋਣਾਂ ਚ ਲਾਏ। ਕਦੇ ਉੱਥੇ ਕੋਈ ਇੰਟਰਵਿਊ ਕੱਢ ਕੇ ਦੇਖ ਲਓ, ਕਦੇ ਬੀਜੇਪੀ ਵਾਸਤੇ ਕੋਈ ਵੋਟ ਨੀ ਮੰਗੀ। ਤੁਸੀਂ ਮੈਨੂੰ RSS ਬੀਜੇਪੀ ਗਦਾਰ, ਤੇ ਉਹ ਸਨੀ ਦਿਓਲ ਬਾਰ ਬਾਰ ਪੋਸਟਾਂ ਪਾਉਂਦਾ, ਬਾਰ ਬਾਰ ਪੋਸਟਾਂ ਪਾਉਂਦਾ। ਕਹਿ ਦੋ ਸਨੀ ਦਿਓਲ ਨੂੰ ਵੀ, ਅੱਜ ਕਹਿੰਦਾ ਮੈਂ ਸਨੀ ਦਿਓਲ ਨੂੰ, ਤੂੰ ਗਲਤ ਆ ਬਾਈ ਓਏ, ਤੂੰ ਛੱਡ ਗਿਆ ਸਾਥ ਜਿੱਥੇ ਤੁਹਾਨੂੰ ਖੜਾ ਰਹਿਣਾ ਚਾਹੀਦਾ ਸੀ। ਅੱਜ ਤੱਕ ਹਰ ਬੰਦੇ ਨੂੰ ਇੱਜ਼ਤ ਦਿੱਤੀ ਆ, ਨਾ ਲੈ ਕੇ ਕਿਸੇ ਦੇ ਖਿਲਾਫ ਕੁਛ ਬੋਲਿਆ ਹੋਵਾਂ, ਨਾ ਲੈ ਕੇ ਸਿਰਫ ਮੈਂ ਖੜਾ ਰਿਹਾ। ਤਾਂ ਸੰਘਰਸ਼ ਆਪਦੇ ਦਿਲ ਤੋਂ, ਆਪਦੀ ਰੂਹ ਤੋਂ ਪੁੱਛੋ, ਸੰਘਰਸ਼ ਕਿੱਥੋਂ ਤੱਕ ਪਹੁੰਚ ਗਿਆ। ਮੈਂ ਡਰਦਾ ਕਿਸੇ ਪੁਲਿਸ ਪਾਲਸ ਤੋਂ ਨੀ ਡਰਦਾ ਮੈਂ, ਕੋਈ ਨੀ ਚੱਕ ਲੈਣਗੇ, ਪਰ ਮੇਰੇ ਕੋਲੇ ਬਹੁਤ ਕੁਛ ਆ, ਮੈਂ ਪੀ ਜਾਂਦਾ ਪਰ ਇਸ ਕਰਕੇ ਕਿਉਂਕਿ ਸੰਘਰਸ਼ ਹਜੇ ਚੱਲ ਰਿਹਾ। ਸੰਘਰਸ਼ ਦਾ ਏਕਾ ਬਣਾਈ ਰੱਖੋ। ਹਜੇ ਵੀ ਮੈਂ ਪਿੰਡਾਂ ਵਾਲਿਆਂ ਨੂੰ, ਸਾਡਿਆਂ ਨੂੰ, ਸਾਡੇ ਸਾਰੇ ਪੰਜਾਬ, ਹਰਿਆਣੇ, ਯੂਪੀ ਸਭ ਬੰਦਿਆਂ ਨੂੰ ਬੇਨਤੀ ਕਰਦਾ, ਬਿਹਾਰ ਵਾਲਿਆਂ ਨੂੰ ਵੀ, ਜਾਓ ਬਾਈ ਮੋਰਚੇ ਚ ਜਾਓ ਇਕੱਠੇ ਹੋ ਕੇ, ਕੋਈ ਗੱਲ ਨਹੀਂ, ਸੱਚ ਤਾਂ ਨਿੱਤਰ ਹੀ ਆਉਣਾ ਹੁੰਦਾ ਇੱਕ ਦਿਨ। ਆ ਪੱਲੀਆਂ ਜੋੜੀ ਬੈਠੇ ਆ ਯਾਰ, ਆ ਸੀਵਰਾਂ ਵਾਲੇ ਪਾਈਪ ਪਏ ਆ, ਬਈਆ ਇੱਧਰ ਕੋ ਕਰਨਾ ਯਾਰ, ਇੱਧਰ ਦਿਖਾਣਾ। ਇੱਥੇ ਦੀਪ ਸਿੱਧੂ ਰਹਿੰਦਾ ਹੁੰਦਾ ਸੀ। ਆ ਬਿਹਾਰੀ ਬੰਦੇ ਚੰਗੇ ਆ ਯਾਰ ਤੁਹਾਡੇ ਤੋਂ, ਜਿਹੜੇ ਮੈਨੂੰ ਅੱਜ ਜਿਵੇਂ ਵਿਚਾਰਿਆਂ ਨੇ ਮਾੜਾ ਮੋਟਾ ਕਰਕੇ ਆਪਦਾ ਸਾਂਭੀ ਤਾਂ ਬੈਠੇ ਆ। ਤੁਸੀਂ ਤਾਂ ਕਿਸੇ ਕੰਮ ਤੇ ਨਹੀਂ, ਤੁਸੀਂ ਗੁਰੂਆਂ ਤੋਂ ਬੇਮੁੱਖ ਹੋ ਗਏ, ਤੁਸੀਂ ਗੁਰੂਆਂ ਦਾ ਸਾਥ ਛੱਡਤਾ। ਮੈਂ ਕਿਹੜੇ ਕਿਸੇ ਕੰਮ ਦੇ ਨਹੀਂ, ਜਿਹੜੇ ਪਾਸੇ ਨੂੰ ਤੁਰ ਪਏ ਤੁਰ ਪਏ, ਬਸ ਉਧਰ ਨੂੰ, ਜਿੰਦਰ ਨੂੰ ਭੇਡ ਚਾਲ ਉਧਰ ਨੂੰ ਹੀ ਭੇਡ ਚਾਲ। ਆ ਦੀਪ ਸਿੱਧੂ ਹੱਕਾਂ ਦੀ ਲੜਾਈ ਲੜਨ ਆਇਆ ਸੀ, ਆ ਇੱਕ ਭੈਣ ਨੇ ਰੱਖੜੀ ਬੰਨਤੀ, ਕਹਿੰਦੀ ਨਹੀਂ ਤੂੰ ਮੇਰੇ ਭਾਈ ਹੋ, ਜੈਸਾ ਮੇਰਾ ਭਾਈ ਮੇਰੇ ਦੇਸ਼ ਮੇ ਹੈ ਵੈਸੇ ਤੂੰ ਮੇਰੇ ਭਾਈ ਹੋ, ਕੁਛ ਨਹੀਂ ਹੋਗਾ ਤੁਮੇ, ਸਭ ਸਭ ਸਾਲੇ ਸਾਥ ਛੱਡ ਕੇ ਸੋਹਾਂ ਖਾ ਖਾ। ਇੱਕ ਦਿਨ ਪਟਿਆਲੇ ਗਿਆ, ਇੱਥੋਂ ਪਟਿਆਲੇ ਗਿਆ, ਪਟਿਆਲਾ ਪੁਲਿਸ ਨੇ ਟਰੈਪ ਲਾ ਤਾ, ਪੁੱਛ ਲਓ ਉਹਨਾਂ ਪੁਲਿਸ ਵਾਲਿਆਂ ਨੂੰ ਜੇ ਝੂਠ ਬੋਲਦਾ ਤਾਂ। ਦੋ ਦਿਨ ਪਹਿਲਾਂ ਉਹ ਪ੍ਰਮਾਤਮਾ ਵਾਹਿਗੁਰੂ ਨੇ ਬਚਾਇਆ, ਕਿਉਂਕਿ ਅਸੀਂ ਝੂਠੇ ਨਹੀਂ ਆ ਨਾ ਹੀ ਗਦਾਰ ਆ। ਗੈਰਤ ਜਿੰਨਾ ਚ ਮਰ ਜਾਂਦੀ ਹੈ ਨਾ, ਗਦਾਰ ਉਹ ਹੁੰਦੇ ਆ ਜਿਹੜੇ ਅੰਦਰ ਗੈਰਤ ਸਾਂਭੀ ਰੱਖੀ ਪਏ ਹੁੰਦੇ ਆ, ਉਹ ਗਦਾਰ ਨਹੀਂ ਹੁੰਦੇ। ਸੱਚ ਨੇ ਤਾਂ ਸਾਹਮਣੇ ਆਉਣਾ ਹੀ ਆ ਇੱਕ ਦਿਨ। ਰੋਟੀਆਂ ਖਾਈ ਜਾਂਦੇ ਹੋਵੋਗੇ ਨਾ ਤੁਸੀਂ ਆਪਦੀਆਂ ਘਰਾਂ ਚ ਬਹਿ ਕੇ, ਜ਼ਮੀਨਾਂ ਬਚਾਉਣ ਨੂੰ ਤੁਸੀਂ ਤੁਰੇ ਹੋ ਨਾ। ਗੈਰਤਾਂ ਮਾਰ ਕੇ ਬਚਾ ਲਓ, ਝੂਠ ਮਾਰ ਕੇ ਬਚਾ ਲਓ। ਜਿਹੜੇ ਸਾਡੇ ਬੰਦੇ ਉੱਥੇ ਲਾਲ ਕਿਲੇ ਤੇ ਗਏ ਆ, 5 ਲੱਖ ਬੰਦਾ ਗਦਾਰ ਕਹਿਤਾ ਤੁਸੀਂ, ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ। ਪਿੱਛੇ ਜਿਹੜੇ ਲਾਲ ਕਿਲੇ ਵੱਲ ਨੂੰ ਤੁਰੇ ਸੀ, ਆਪਦੀਆਂ ਰੂਹਾਂ ਤੋਂ ਪੁੱਛੋ, ਤੁਸੀਂ ਪੁੱਛੋ ਤਾਂ ਸਹੀ, ਅੰਦਰੋਂ ਜਵਾਬ ਕੀ ਮਿਲਦਾ ਤੁਹਾਨੂੰ? ਆਪਦੇ ਆਪ ਨੂੰ ਅੰਦਰ ਝਾਤੀ ਤਾਂ ਮਾਰੋ।
ਆ ਵਿੱਚੋਂ ਕੋਈ ਦੁੱਖੀ ਤਿੱਕੀ ਜੇ ਉੱਠ ਕੇ ਦੀਪ ਸਿੱਧੂ ਨੇ ਧਿਰ ਬਣਾਉਣੀ ਸੀ ਬੱਚੇ ਦੀ ਸੌਂ। ਦੀਪ ਸਿੱਧੂ ਨੇ ਕਿਹਾ ਦੀਪ ਸਿੱਧੂ ਤੁਹਾਨੂੰ ਸਾਹਮਣੇ ਨਹੀਂ ਖੜਾ ਕਰਦਾ, ਤੁਸੀਂ ਦੀਪ ਸਿੱਧੂ ਦੀ ਗੱਲ ਕਰਦੇ ਹੋ, ਧਿਰ ਬਣਾਉਣੀ ਸੀ। ਦੀਪ ਸਿੱਧੂ ਨੇ ਧਿਰ ਬਣਾਉਣੀ ਹੁੰਦੀ ਸਾਹਮਣੇ ਆ ਕੇ ਕਹੂਗਾ ਦੀਪ ਸਿੱਧੂ ਧਿਰ ਬਣਾਉਣੀ ਆ, ਨਹੀਂ। ਪਰ ਦੀਪ ਸਿੱਧੂ ਦੇ ਦੋਸਤ ਨਾਲ ਮੈਂ ਗੱਲ ਕੀਤੀ ਸੀ, ਦੀਪ ਸਿੱਧੂ ਦੇ ਦੋਸਤ ਨੇ ਕਿਹਾ ਇੱਕੋ ਟਾਟ ਬੰਦਾ ਮੇਰੇ ਪਿਓ ਤੇ, ਉਸ ਪਿਓ ਤੇ ਜਿਹਦੀ ਖਾਤਰ ਮੈਂ ਤਾਂ ਲਾਉਂਗਾ ਮਿੱਤਰੋ ਜੇਲ੍ਹ, ਜੇਲ੍ਹ ਜੂਲ ਜਾਣ ਤੋਂ ਨਹੀਂ ਮੈਂ ਹੁਣ ਡਰਦਾ, ਪਰ ਜਿੱਦਾਂ ਬਾਹਰ ਨਿਕਲਿਆ ਨਾ ਵਾਣੀ ਪਾਊਂਗਾ, ਇੱਕ ਇੱਕ ਬੰਦੇ ਨੂੰ ਵਾਣੀ ਪਾਊਂਗਾ। ਯਾਦ ਰੱਖਿਓ ਜਿੱਥੇ ਤੁਸੀਂ ਪਹੁੰਚਾਤਾ ਨਾ ਮੈਨੂੰ, ਜੋ ਜੋ ਤੁਸੀਂ ਗੱਲਾਂ ਕਹੀਆਂ ਮੇਰਾ ਤਾਂ ਤੁਸੀਂ ਝੰਜੋੜਤਾ ਸਭ ਕੁਛ, ਸਭ ਕੁਛ। ਇੱਕ ਇੱਕ ਗੱਲ ਦਾ ਜਵਾਬ ਆ ਮੇਰੇ ਕੋਲੇ, ਇੱਕ ਇੱਕ ਬੰਦੇ ਦੀ ਗੱਲ ਆ ਮੇਰੇ ਕੋਲੇ, ਪਰ ਨਹੀਂ ਪੀਜਾ ਮਿੱਤਰਾ ਟਾਈਮ ਨਹੀਂ ਆ। ਵਾਹਿਗੁਰੂ ਨੇ ਜੋ ਲਿਖਿਆ ਉਹਨਾਂ ਨੇ ਆਪ ਬਹੁਤ ਕੁਛ ਝੱਲਿਆ, ਸਾਡੇ ਗੁਰੂਆਂ ਨੇ ਸਾਡੇ ਰਹਿਬਰਾਂ ਨੇ ਬੜਾ ਕੁਛ ਝੱਲਿਆ, ਝੱਲਣਾ ਪੈਂਦਾ ਹੁੰਦਾ, ਝੱਲੀ ਜਾਂਦੇ ਹਾਂ। ਪਰ ਇੱਕ ਜਜ਼ਬਾਤੀ ਬੰਦੇ ਤੇ ਜੋ ਜਜ਼ਬਾਤ ਤੁਸੀਂ ਹਰਟ ਕੀਤੇ ਆ, ਸੱਟ ਮਾਰੀ ਆ ਨਾ ਤੁਸੀਂ, ਤੁਸੀਂ ਰੂਹ ਤੇ ਸੱਟ ਮਾਰੀ ਆ, ਕਿਵੇਂ ਰੱਬ ਤੁਹਾਨੂੰ ਮਾਫੀ ਦੇਊਗਾ? ਕਿਹੜੇ ਰੱਬ ਤੋਂ ਮਾਫੀ ਮੰਗੋਗੇ? ਕਿਹੜੇ ਤੁਹਾਡੇ ਅੰਦਰ ਹੈਗੀ ਆ ਹਜੇ ਸੋਲ ਤੁਹਾਡੀ ਜਿਉਂਦੀ ਆ, ਮਾਫੀ ਮੰਗ ਲਓਗੇ ਤੁਸੀਂ? ਇੰਨੇ ਜੋ ਕਿ ਹੈਗੇ ਹੋ ਰੱਬ ਤੋਂ ਮਾਫੀ ਮੰਗੋਗੇ ਤੁਸੀਂ? ਨਹੀਂ ਦੇਣੀ, ਉਹਨੇ ਮਾਫੀ ਨਹੀਂ ਦੇਣੀ। ਕਿੱਥੇ ਭੱਜ ਲਓਗੇ? ਜ਼ਮੀਨਾਂ ਜਾਇਦਾਦਾਂ ਲੈ ਕੇ ਭੱਜ ਲਓਗੇ? ਨਹੀਂ ਮਿੱਤਰੋ, ਇੱਕ ਦਿਨ ਤਾਂ ਸਾਹਮਣਾ ਕਰਨਾ ਹੀ ਪਊਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ, ਤੇ ਉਹਨੇ ਮਾਫੀ ਨਹੀਂ ਦੇਣੀ ਤੁਹਾਨੂੰ। ਚੜ੍ਹਦੀ ਕਲਾ ਚ ਮੈਂ, ਚੜ੍ਹਦੀ ਕਲਾ ਚ ਮੈਂ ਸਿਰਫ ਜਜ਼ਬਾਤੀ ਹਾਂ, ਕਿਉਂਕਿ ਆਪਦੇ ਸਾਥ ਛੱਡ ਗਏ। ਸਾਡੇ ਬਿਹਾਰੀ ਤੁਹਾਡੇ ਤੋਂ ਚੰਗੇ ਆ, ਸੌ ਗੁਣਾ ਦਰ ਤੁਹਾਡੀਆਂ ਜ਼ਮੀਨਾਂ ਸਾਂਭਦੇ ਆ ਕੇ ਇੱਥੇ, ਇਹਨਾਂ ਨੂੰ ਪਤਾ ਜ਼ਮੀਨਾਂ ਦਾ ਮੁੱਲ ਕੀ ਆ? ਤੁਸੀਂ ਤਾਂ ਭੁੱਲ ਗਏ, ਤੁਸੀਂ ਤਾਂ ਆਪਦੇ ਮਾਂ ਦੇ ਨਹੀਂ ਰਹੇ, ਆਪਦੀ ਧਰਤੀ ਆਪਦੀ ਮਾਂ ਦੇ ਨਹੀਂ ਰਹੇ ਤੁਸੀਂ। ਕੌਣ ਖੇਤੀ ਕਰਦਾ ਤੁਹਾਡੇ ਚੋਂ? ਸਿਆਸਤ ਕਰਦੇ ਹੋ ਤੁਸੀਂ, ਤੁਹਾਨੂੰ ਸਿਆਸਤ ਆਉਂਦੀ ਆ? ਜੇ ਮੈਨੂੰ ਸਿਆਸਤ ਆਉਂਦੀ ਹੁੰਦੀ ਨਾ, ਜਿੰਨੇ ਲੱਖਾਂ ਲੋਕ ਮੈਨੂੰ ਮਿਲਦੇ ਫੋਟੋਆਂ ਖਿਚਾ ਕੇ ਗਏ ਆ, ਹਰ ਕਿਸੇ ਦਾ ਮੈਂ ਸਾਂਭੀ ਬੈਠਾ ਹੁੰਦਾ ਸਭ ਕੁਛ, ਵੀ ਆ ਜਾਓ ਬਈ ਕਰੀਏ ਡਰਾਮੇ ਅੱਗੇ ਵੀ। ਪਰ ਉਹ ਡਰਾਮੇ ਮੇਰੇ ਤੋਂ ਹੋਏ ਨਹੀਂ, ਕਿਉਂਕਿ ਸਿਆਸਤ ਕਰਨੀ ਨਹੀਂ ਆਇਆ ਸੀ ਮੈਂ, ਸਿਰਫ ਤੁਹਾਡੀ ਆਵਾਜ਼ ਬੁਲੰਦ, ਤੁਹਾਡੇ ਹੱਕਾਂ ਖਾਤਰ ਲੜਨ ਆਇਆ ਸੀ। ਤੁਹਾਡੇ ਨਾਲ ਗੱਲਾਂ ਕੀ ਕੀਤੀਆਂ ਜਾਣ, ਇੰਨੇ ਜੋਗੇ ਹੈ ਨਹੀਂ, ਤੇ ਜਿਨ੍ਹਾਂ ਚ ਗੈਰਤ ਜਿਉਂਦੀ ਆ ਉਹਨਾਂ ਕੋਲੇ ਹਜੇ ਵੀ ਅੰਦਰ ਸੱਚ ਨੂੰ ਉਹ ਸਾਂਭੀ ਬੈਠੇ ਆ, ਉਹਨਾਂ ਤੇ ਮਾਣ ਆ ਮੈਨੂੰ, ਉਹਨਾਂ ਰੂਹਾਂ ਤੇ ਮਾਣ ਆ ਜਿਹੜੇ ਕੋਈ ਦੋ ਚਾਰ ਬੋਲੀ ਜਾਂਦੇ ਆ। ਜੇ ਲਾਲ ਕਿਲਾ ਸਾਡਾ ਤਾਂ ਉਹ ਝੰਡੇ ਜਿੱਥੇ ਉਹ ਡੰਡਾ ਲੱਗਿਆ ਸੀ ਉਹ ਵੀ ਸਾਡਾ, ਉਹਦੇ ਤੇ ਕਿਸਾਨੀ ਦਾ ਝੰਡਾ ਨਿਸ਼ਾਨ ਸਾਹਿਬ ਲਾ ਕੇ ਕੀ ਗੁਨਾਹ ਕਰਤਾ ਬਈ ਲੋਕਾਂ ਨੇ ਸਾਰੇ? ਜੇ ਉੱਥੇ 5 ਲੱਖ ਬੰਦਾ ਇਕੱਠਾ ਸੀ, ਇੱਕ ਬੰਦਾ ਤੁਹਾਨੂੰ ਮਿਲ ਗਿਆ, ਉਹਦੇ ਸਿਰੇ ਸਾਰੀ ਗੱਲ ਮੜਤੀ, ਕਿਸੇ ਨੇ ਸਾਥ ਨਹੀਂ ਦਿੱਤਾ, ਕੋਈ ਸਟੈਂਡ ਨਹੀਂ ਲਿਆ, ਕਿਸੇ ਨੇ ਕੋਈ ਗੱਲ ਨਹੀਂ ਸੋਚੀ। ਲੱਖੇ ਨੇ ਤੁਹਾਡਾ ਕੀ ਮਾੜਾ ਕਰਤਾ ਬਈ? ਦਿਨ ਰਾਤ ਉਹਨੇ ਨਹੀਂ ਦਿੱਤਾ, ਪਿੰਡਾਂ ਚ ਜਾ ਜਾ, ਸ਼ਹਿਰਾਂ ਚ ਜਾ ਜਾ, ਸੜਕਾਂ ਤੇ ਤੰਬੂਆਂ ਚ, ਕੀ ਮਾੜਾ ਕਰਤਾ ਉਹਨੇ ਤੁਹਾਡਾ? ਉਹ ਵੀ ਗਦਾਰ ਆ, ਬੱਲੇ ਵਾਹ ਜਵਾਨੋ, ਨਹੀਂ ਰੀਸਾਂ ਤੁਹਾਡੀਆਂ, ਤੁਸੀਂ ਆਪਦੇ ਕਿਰਦਾਰ ਨਹੀਂ ਛੱਡੇ, ਤੁਸੀਂ ਗੁਰੂਆਂ ਨਾਲੋਂ, ਸ਼ਹੀਦਾਂ ਨਾਲੋਂ, ਸਾਡੇ ਸੰਘਰਸ਼ੀ ਬੰਦਿਆਂ ਨਾਲੋਂ ਕਿਵੇਂ ਟੁੱਟੇ ਹੋ ਇਤਿਹਾਸ ਗਵਾਹ। ਇੱਕ ਇੱਕ ਗੱਲ ਮੈਂ ਤੁਹਾਨੂੰ ਇਤਿਹਾਸ ਚੋਂ ਇੱਕ ਇੱਕ ਵੇਰਵਾ ਦੇ ਦਿੰਦਾ, ਕਿਵੇਂ ਟੁੱਟੇ ਹੋ ਤੁਸੀਂ,
ਮੁੜ ਕੇ ਬਰਸੀਆਂ ਤੇ ਇਕੱਠੇ ਜ਼ਰੂਰ ਹੋ ਜਾਂਦੇ ਹਾਂ, ਬਰਸੀਆਂ ਮਨਾਉਣ ਜੋਗੇ ਹੋ। ਇਤਿਹਾਸ ਰਚਨਾ ਤੁਹਾਨੂੰ ਨਹੀਂ ਆਉਂਦਾ, ਇਤਿਹਾਸ ਕਮਾਉਣਾ ਨਹੀਂ ਆਉਂਦਾ। ਮਾਨਸਿਕਤਾ 'ਚ ਨਾ ਤੁਹਾਡੇ ਜਿਹੜੇ ਸੰਗਲ ਗੁਲਾਮੀ ਦੇ ਮਾਨਸਿਕਤਾ 'ਚ ਸੋਚ ਹੀ ਗੁਲਾਮ ਹੁੰਦੀ ਆ। ਗੁਲਾਮ ਅੱਜ ਕੱਲ੍ਹ ਕੋਈ ਬੰਦਾ ਸੰਗਲਾਂ 'ਚ ਜਕੜਿਆ ਨਹੀਂ ਹੁੰਦਾ, ਸੋਚ ਗੁਲਾਮ ਹੁੰਦੀ ਆ। ਕੋਈ ਨਹੀਂ, ਮਿਲਦੇ ਹਾਂ, ਸਤਿ ਸ਼੍ਰੀ ਅਕਾਲ।